ਦੱਸ ਦਿਓ ਕਿ ਡਰੱਗ ਨੈਕਸਸ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਹੈ ਤਾਂ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ 13 ਠਿਕਾਣਿਆਂ ਤੇ ਐਸਟੀਐਫ ਦੇ ਵੱਲੋਂ ਰੇਡ ਕੀਤੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਬਾਹਰ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਸਰਚ ਕੀਤੀ ਜਾ ਰਹੀ ਹੈ ਤਾਂ ਡਰੱਗ ਸਮਗਲਰਾਂ ਦੇ ਨਾਲ ਇਹਨਾਂ ਦੇ ਲਿੰਕ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਐਸਟੀਐਫ ਨੇ ਡਰੱਗ ਇੰਸਪੈਕਟਰ ਦੇ ਘਰ ਦੇ ਵਿੱਚ ਰੇਡ ਕੀਤੀ ਹੈ। ਤਾਂ ਰੇਡ ਦੇ ਦੌਰਾਨ ਕਈ ਦਸਤਾਵੇਜ਼ ਟੀਮ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਮੌਕੇ 'ਤੇ ਇੰਚਾਰਜ DSP ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਦਰਜ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ ਰੇਡ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਮਾਮਲੇ ਦੀ ਜਾਂਚ ਐਸਟੀਐਫ ਮੋਹਾਲੀ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਇੰਸਪੈਕਟਰ ਦੇ ਜੱਦੀਘਰ ਮੋੜ ਦੇ ਵਿੱਚ ਵੀ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਤਾਂ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਵੱਲੋਂ ਲਿਆ ਗਿਆ, ਜਿੱਥੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸੀ ਸ਼ੀਸ਼ਨ ਮਿੱਤਲ, ਜਿਨ੍ਹਾਂ ਦੇ 13 ਠਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਤਾਂ ਇਹਨਾਂ ਦੇ ਡਰੱਗ ਸਮਗਲਰਾਂ ਦੇ ਨਾਲ ਲਿੰਕ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਠਿਕਾਣਿਆਂ 'ਤੇ ਰੇਡ ਕੀਤੀ ਗਈ। ਤਾਂ ਕਈ ਜ਼ਰੂਰੀ ਦਸਤਾਵੇਜ਼ ਸੀ ਜਿਹੜੇ ਕਿ ਐਸਟੀਐਫ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਨਹੀਂ, ਸ਼ੀਸ਼ਨ ਮਿੱਤਲ ਨੇ। ਅੱਛਾ, ਕਿਹੜੇ ਡਿਪਾਰਟਮੈਂਟ ਤੋਂ? ਡਰੱਗ ਦੇ ਇੰਸਪੈਕਟਰ ਨੇ। ਡਰੱਗ ਦੇ ਇੰਸਪੈਕਟਰ ਨੇ। ਐਫਆਈਆਰ ਕੀ ਦਰਜ ਹੋਈ ਹੈ ਇਹਨਾਂ ਦੇ ਨਾਲ? ਨਹੀਂ, ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ, ਕਿਉਂਕਿ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ, ਅਸੀਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੀ ਹਾਂ। ਠੀਕ ਹੈ। ਹਾਂਜੀ, ਉਹ ਤੁਹਾਨੂੰ ਆਈ ਹੋਈ ਇਹਨਾਂ ਦੀ ਜੀ ਆ ਕੇ ਮੋੜ ਤੇ ਕਿੱਥੇ ਕਿੱਥੇ ਕੀਤੀ? ਨਹੀਂ, ਉਹ ਮੈਨੂੰ ਨਹੀਂ ਪਤਾ ਹੈਗਾ ਜੀ, ਸਾਡੇ ਕੋਲ ਸਿੰਪਲੀ ਇਹ ਸੀ ਵੀ ਇੱਥੇ ਸਰਚ ਕਰਕੇ ਚੈੱਕ ਕਰਨਾ। ਆ ਕੇ ਲੋੜ ਕੀ ਪੈ ਗਈ ਹੈ? ਨਹੀਂ, ਚੈਕਿੰਗ ਕਰਨੀ ਸੀ, ਕਰਦੀ ਹਦਾਇਤ ਆ। ਠੀਕ ਹੈ, ਜੋ IO ਵੱਲੋਂ ਹਦਾਇਤ ਆਉਂਦੀ ਹੈ। ਸ਼ੱਕੀ ਨਹੀਂ, ਸ਼ੱਕੀ ਕੋਈ ਚੀਜ਼ਾਂ, ਡਾਕੂਮੈਂਟਸ ਵਗੈਰਾ ਨੇ ਚੈੱਕ ਕਰ ਰਹੇ। ਕਿੱਥੇ ਲੱਗਿਆ ਹੋਈ ਇਸ ਟਾਈਮ ਜੀ? ਪੋਸਟਿੰਗ ਇਹਦੀ ਫਾਜ਼ਿਲਕਾ ਦੱਸ ਰਹੇ ਨੇ। ਹਾਂਜੀ ਸਰ, ਗੱਲ ਕਰੀ ਕੁਛ, ਤੁਹਾਡੇ ਵੱਲੋਂ ਸੀਲ ਵੀ ਕੀਤਾ ਗਿਆ ਕੁਛ ਜਾਂ ਕੋਈ ਡਾਕੂਮੈਂਟਸ ਲੈ ਗਏ ਹੁਣ? ਉਹ ਡਾਕੂਮੈਂਟ ਚੈੱਕ ਕਰ ਰਹੇ ਨੇ, ਉਹੀ ਡਾਕੂਮੈਂਟ ਹੀ ਚੈੱਕ ਕਰ ਰਹੇ ਨੇ, ਕੋਈ ਸਿੰਪਲੀ ਹੋਰ ਕੁਛ ਨਹੀਂ ਹੈਗਾ ਇੱਥੇ, ਕੋਈ ਇਹੋ ਜਿਹੀ ਕੋਈ ਚੀਜ਼ ਹੋਰ ਇਹੋ ਜਿਹੀ ਨਹੀਂ ਹੈਗੀ। ਠੀਕ ਹੈ, ਹਾਂਜੀ। ਕਿੰਨੀ ਟੀਮਾਂ ਦੀ ਰੇਡ ਕਰਨਾ? ਮੈਨੂੰ ਪਤਾ ਨਹੀਂ ਹੈ, ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀ ਗੀ। ਠੀਕ ਹੈ, ਮੈਨੂੰ ਇੱਕ ਹਦਾਇਤ ਹੋਈ ਹੈ ਇਨਵੈਸਟੀਗੇਟਿੰਗ ਅਫਸਰ ਵੱਲੋਂ, ਉਹਦੀ ਪਾਲਣਾ ਕਰਦੇ ਹੋਏ ਅਸੀਂ ਕਾਰਵਾਈ ਕਰ ਰਹੇ। ਥੈਂਕ ਯੂ ਜੀ। ਓਕੇ। ਤਾਂ ਦੱਸ ਦਈਏ ਕਿ ਡਰੱਗ ਨੈਕਸਸ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਹੈ। ਤਾਂ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ 13 ਠਿਕਾਣਿਆਂ 'ਤੇ ਐਸਟੀਐਫ ਦੇ ਵੱਲੋਂ ਰੇਡ ਕੀਤੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਬਾਹਰ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਸਰਚ ਕੀਤੀ ਜਾ ਰਹੀ ਹੈ। ਤਾਂ ਡਰੱਗ ਸਮਗਲਰਾਂ ਦੇ ਨਾਲ ਇਹਨਾਂ ਦੇ ਲਿੰਕ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਐਸਟੀਐਫ ਨੇ ਡਰੱਗ ਇੰਸਪੈਕਟਰ ਦੇ ਘਰ ਦੇ ਵਿੱਚ ਰੇਡ ਕੀਤੀ ਹੈ। ਤਾਂ ਰੇਡ ਦੇ ਦੌਰਾਨ ਕਈ ਦਸਤਾਵੇਜ਼ ਟੀਮ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਮੌਕੇ 'ਤੇ ਇੰਚਾਰਜ DSP ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਦਰਜ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ ਰੇਡ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਮਾਮਲੇ ਦੀ ਜਾਂਚ ਐਸਟੀਐਫ ਮੋਹਾਲੀ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਇੰਸਪੈਕਟਰ ਦੇ ਜੱਦੀਘਰ ਮੋੜ ਦੇ ਵਿੱਚ ਵੀ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਤਾਂ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਵੱਲੋਂ ਲਿਆ ਗਿਆ, ਜਿੱਥੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸੀ ਸ਼ੀਸ਼ਨ ਮਿੱਤਲ, ਜਿਨ੍ਹਾਂ ਦੇ 13 ਠਿਕਾਣਿਆਂ 'ਤੇ ਰੇਡ ਕੀਤੀ ਗਈ ਹੈ। ਤਾਂ ਇਹਨਾਂ ਦੇ ਡਰੱਗ ਸਮਗਲਰਾਂ ਦੇ ਨਾਲ ਲਿੰਕ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਠਿਕਾਣਿਆਂ 'ਤੇ ਰੇਡ ਕੀਤੀ ਗਈ। ਤਾਂ ਕਈ ਜ਼ਰੂਰੀ ਦਸਤਾਵੇਜ਼ ਸੀ ਜਿਹੜੇ ਕਿ ਐਸਟੀਐਫ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਨੇ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਨਹੀਂ, ਸ਼ੀਸ਼ਨ ਮਿੱਤਲ ਨੇ। ਅੱਛਾ, ਕਿਹੜੇ ਡਿਪਾਰਟਮੈਂਟ ਤੋਂ? ਡਰੱਗ ਦੇ ਇੰਸਪੈਕਟਰ ਨੇ। ਡਰੱਗ ਦੇ ਇੰਸਪੈਕਟਰ ਨੇ। FIR ਕੀ ਦਰਜ ਹੋਈ ਹੈ ਇਹਨਾਂ ਦੇ ਨਾਲ? ਨਹੀਂ, ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ, ਕਿਉਂਕਿ ਸਾਡੇ ਕੋਲ ਇਨਵੈਸਟੀਗੇਸ਼ਨ ਨਹੀਂ, ਅਸੀਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੀ ਹਾਂ। ਠੀਕ ਹੈ। ਹਾਂਜੀ, ਉਹ ਤੁਹਾਨੂੰ ਆਈ ਹੋਈ ਇਹਨਾਂ ਦੀ ਜੀ ਆ ਕੇ ਮੋੜ ਤੇ ਕਿੱਥੇ ਕਿੱਥੇ ਕੀਤੀ? ਨਹੀਂ, ਉਹ ਮੈਨੂੰ ਨਹੀਂ ਪਤਾ ਹੈਗਾ ਜੀ, ਸਾਡੇ ਕੋਲ ਸਿੰਪਲੀ ਇਹ ਸੀ ਵੀ ਇੱਥੇ ਸਰਚ ਕਰਾ ਕੇ ਚੈੱਕ ਕਰਨਾ। ਨਹੀਂ, ਚੈਕਿੰਗ ਕਰਨੀ ਸੀ, ਕਰਦੀ ਹਦਾਇਤ ਆ। ਠੀਕ ਹੈ, ਜੋ IO ਵੱਲੋਂ ਹਦਾਇਤ ਆਉਂਦੀ ਹੈ। ਸ਼ੱਕੀ ਨਹੀਂ, ਸ਼ੱਕੀ ਕੋਈ ਚੀਜ਼ਾਂ, ਡਾਕੂਮੈਂਟਸ ਵਗੈਰਾ ਨੇ ਚੈੱਕ ਕਰ ਰਹੇ। ਕਿੱਥੇ ਲੱਗਿਆ ਹੋਈ ਇਸ ਟਾਈਮ ਜੀ?
ਪੋਸਟਿੰਗ ਹੈ ਜੀ, ਫਾਜ਼ਿਲਕਾ ਦੱਸ ਰਹੇ ਨੇ। ਹਾਂਜੀ ਸਰ, ਗੱਲ ਕਰੀਏ ਕੁਛ ਤੁਹਾਡੇ ਵੱਲੋਂ ਸੀਲ ਵੀ ਕੀਤਾ ਗਿਆ ਕੁਛ ਜਾਂ ਕੋਈ ਡਾਕੂਮੈਂਟਸ ਲੈ ਗਏ ਹੁਣ? ਉਹ ਡਾਕੂਮੈਂਟ ਚੈੱਕ ਕਰ ਰਹੇ ਨੇ, ਉਹੀ ਡਾਕੂਮੈਂਟ ਹੀ ਚੈੱਕ ਕਰ ਰਹੇ, ਕੋਈ ਸਿੰਪਲੀ ਹੋਰ ਕੁਛ ਨਹੀਂ ਹੈਗਾ ਇੱਥੇ, ਕੋਈ ਇਹੋ ਜਿਹੀ ਕੋਈ ਚੀਜ਼ ਹੋਰ ਇਹੋ ਜਿਹੀ ਨਹੀਂ ਹੈਗੀ। ਠੀਕ ਹੈ, ਹਾਂਜੀ ਕਿੰਨੀ ਟੀਮਾਂ ਦੀ ਰੇਡ ਕਰਨਾ? ਮੈਨੂੰ ਪਤਾ ਨਹੀਂ ਹੈ, ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀ ਗੀ। ਠੀਕ ਹੈ, ਮੈਨੂੰ ਇੱਕ ਹਦਾਇਤ ਹੋਈ ਹੈ ਇਨਵੈਸਟੀਗੇਟਿੰਗ ਆਫਿਸਰ ਵੱਲੋਂ, ਉਹਦੀ ਪਾਲਣਾ ਕਰਦੇ ਹੋਏ ਅਸੀਂ ਕਾਰਵਾਈ ਕਰ। ਥੈਂਕ ਯੂ ਜੀ। ਓਕੇ।